ਕਾਰਨ ਹੈ ਜੀ, ਅਸੀਂ 10 ਮਹੀਨੇ ਪਹਿਲੇ ਪੈਸੇ ਤੇ ਡਾਕੂਮੈਂਟ ਦਿੱਤੇ ਸੀ, ਫਾਈਲ ਲਾਈ ਸੀ UK ਦੀ ਵਰਕ ਬੇਸ ਤੇ, ਤੇ 10 ਮਹੀਨੇ ਤੇ ਸਾਨੂੰ ਕਦੀ ਫਰਜ਼ੀ ਡਾਕੂਮੈਂਟ ਦਿਖਾਈ ਜਾਂਦੇ ਨੇ, ਕੋਸਾਂ ਦਿਖਾਈ ਜਾਂਦੇ ਨੇ, ਤੇ ਫਰਜ਼ੀ ਕੋਸ ਵਿਖਾ ਕੇ ਸਾਡੇ ਤੋਂ ਇਹਨਾਂ ਨੇ 17 ਲੱਖ ਰੁਪਈਆ ਲੈ ਲਿਆ ਤੇ 17 ਲੱਖ ਰੁਪਈਆ ਲੈ ਲਿਆ ਤੇ ਸਾਡੀ 2 ਲੱਖ ਰੁਪਈਆ ਹੋਰ ਲੈ ਕੇ ਬਾਇਓਮੈਟ੍ਰਿਕ ਕਰਾ ਦਿੱਤੀ ਫਰਜ਼ੀ ਡਾਕੂਮੈਂਟਾਂ ਦੀ, ਤੇ ਸਾਡਾ ਰਿਫਿਊਜ਼ਲ ਆ ਗਈ ਹੈ ਤੇ ਹੁਣ ਅਸੀਂ ਆਪਦੇ ਹੱਕ ਦੇ ਪੈਸੇ ਮੰਗਦੇ ਹਾਂ ਤੇ ਸਾਨੂੰ ਕੋਈ ਦੇਦਵਾਲ ਨਹੀਂ ਹੈਗਾ, ਅੱਗੇ ਬਾਊਂਸਰ ਕਰ ਦਿੰਦੇ ਆ ਤੇ ਉਹ ਸਾਡੇ ਗਲ ਪੈਂਦੇ ਆ। ਕਿਹੜੇ ਬਾਊਂਸਰ ਆ ਜੀ ਇਹਨੇ? ਇੱਥੇ ਇਹਨਾਂ ਨੇ ਰੱਖੇ ਹੋਏ ਆ 4-5 ਮੁੰਡੇ ਜੇ, ਉਹ ਆਉਂਦੇ ਆ ਆਪ ਤਾਂ ਮਿਲਦੇ ਨਹੀਂ ਗੇ ਤੇ ਉਹਨਾਂ ਨੂੰ ਅੱਗੇ ਕਰ ਦਿੰਦੇ ਆ ਤੇ ਸਾਡੇ ਗਲ ਪੈਂਦੇ ਆ। ਅਸੀਂ ਜੇ ਆਪਦੀ ਹੱਕ ਦੀ ਕੋਈ ਗੱਲ ਕਰਦੇ ਹਾਂ, 4-5 ਵਾਰੀ ਅਸੀਂ ਆ ਚੁੱਕੇ ਹਾਂ, ਅਸੀਂ 250 ਕਿਲੋਮੀਟਰ ਤੋਂ ਆਈਦਾ ਦੂਰੋਂ। ਕਿਹੜੀ ਜਗ੍ਹਾ ਤੋਂ ਆਏ ਫਿਰ? ਅਸੀਂ ਮੋਗੇ ਤੋਂ ਆਉਣੇ, ਮੋਗੇ ਤੋਂ ਅੱਗੇ ਅੰਮ੍ਰਿਤਸਰ ਰੋਡ ਤੇ ਫਿਰੋਜ਼ਪੁਰ ਤੋਂ। ਫਿਰੋਜ਼ਪੁਰ ਤੋਂ ਆਏ? ਹਾਂਜੀ। ਤੇ ਵੀਰ ਜੀ ਤੁਹਾਨੂੰ ਪਤਾ ਹੈ ਵੀ ਅੱਜ ਕੱਲ ਫਰੋਡਬਾਜੀ ਬਹੁਤ ਹੋ ਰਹੀ ਹੈ, ਪਹਿਲੀ ਵੈਰੀਫਾਈ ਨਹੀਂ ਕੀਤੀ ਸੀ ਤੁਸੀਂ? ਵੈਰੀਫਾਈ ਸਾਨੂੰ ਇਹਨਾਂ ਨੇ ਕਿਹਾ ਸੀ ਵੀ ਕੋਸ ਅਸੀਂ ਤੁਹਾਨੂੰ ਦਿਆਂਗੇ, ਉਹਦੇ ਤੇ 70% ਪੈਸਾ ਅਸੀਂ ਤੁਹਾਡੇ ਤੋਂ ਲਾਂਗੇ, ਤੇ ਇਹਨਾਂ ਨੇ ਸਾਨੂੰ ਫਰਜ਼ੀ ਕੋਸ ਦੇ ਦਿੱਤੀ ਜੀ। ਅਸੀਂ ਉਦੋਂ ਸਾਨੂੰ ਇੰਨੀ ਨੌਲੇਜ ਵੀ ਨਹੀਂ ਹੈਗੀ, ਅਸੀਂ ਫਿਰ ਵੀ ਪਤਾ ਪੁਤਾ ਕਰਾਇਆ ਤੇ ਚਲੋ ਪੈਸਾ ਦੇ ਦਿੱਤਾ 70%। ਮੁੜ ਕੇ ਕਹਿੰਦੇ ਆ ਬਈ ਹੁਣ ਤੁਹਾਡੀ ਬਈ ਡਿਲੇ ਹੋ ਰਹੀ ਹੈ, ਇੱਕ ਹੋਰ ਕੋਸ ਆਏਗੀ, ਇਹ ਪ੍ਰੀ ਕੋਸ ਹੈ ਤੇ ਇੱਕ ਹੁਣ ਕੋਸ ਆਏਗੀ, ਉਹਦੇ 'ਤੇ ਤੁਹਾਡਾ ਵੀਜ਼ਾ ਲੱਗਣਾ ਜੀ। ਉਹਦੇ 'ਤੇ ਇਹਨਾਂ ਨੇ 3 ਮਹੀਨੇ ਖਰਾਬ ਕਰਤੇ ਜੀ। ਦਿਵਾਲੀ ਦੇ ਨੇੜੇ ਫਿਰ ਇਹਨਾਂ ਨੇ ਕਿਹਾ ਵੀ ਤੁਹਾਡੀ ਕੋਸ ਆ ਗਈ ਹੈ, ਉਹ ਕੋਸ 'ਤੇ ਅਸੀਂ ਤੁਹਾਡਾ ਲਾਵਾਂਗੇ ਵੀਜ਼ਾ ਅਤੇ ਤੁਸੀਂ ਆ ਜਾਓ। ਅਸੀਂ ਰਾਜਸਥਾਨ ਗਏ ਹੋਏ ਸੀ, ਉੱਥੋਂ ਅਸੀਂ ਚੱਲ ਕੇ ਆਏ 500 ਕਿਲੋਮੀਟਰ ਦੂਰ ਤੋਂ, ਅਤੇ ਕਹਿੰਦੇ ਨੇ ਬਈ ਇਹ ਕੋਸ 'ਤੇ ਨਹੀਂ ਲੱਗਣਾ, ਇਹਦੇ 'ਤੇ ਟਾਈਮ ਘੱਟ ਹੈ, ਆਪਣੇ ਕੋਲ ਟਾਈਮ ਥੋੜ੍ਹਾ ਹੈ ਅਤੇ ਅਸੀਂ ਆਪਾਂ ਦੁਬਾਰਾ ਕੋਸ ਨੂੰ ਰੀਨਿਊ ਕਰਾ ਕੇ ਮੰਗਾਉਣੇ ਆ। ਫਿਰ ਇਹਨਾਂ ਨੇ 3 ਮਹੀਨੇ ਖਰਾਬ ਕਰਤੇ ਜੀ। ਹੁਣ ਫਰਵਰੀ 'ਚ ਸਾਡਾ ਇਹਨਾਂ ਨੇ ਕੇਸ ਲਾਇਆ ਹੈ, 1 ਫਰਵਰੀ ਨੂੰ ਇਹਨਾਂ ਨੇ ਸਾਨੂੰ ਐਗਰੀਮੈਂਟ ਕਰਕੇ ਦਿੱਤਾ ਸੀ ਬਈ 10 ਤਰੀਕ ਤੱਕ ਤੁਹਾਡੀ ਫਾਈਲ ਲੱਗ ਜਾਏਗੀ, ਸੋਰੀ 1 ਜਨਵਰੀ ਨੂੰ, ਅਤੇ ਨਾ ਲੱਗੀ ਤਾਂ 18 ਤਰੀਕ ਨੂੰ ਆਪਦਾ ਪੈਸਾ ਲੈ ਜਾਇਆ ਜੀ। ਉਹ ਸਾਡੇ ਕੋਲ ਸਾਰਾ ਪਿਆ ਹੈ, ਹਾਂ ਐਗਰੀਮੈਂਟ ਬਣਿਆ ਹੋਇਆ। ਹਾਂਜੀ ਹਾਂਜੀ। ਕਿੰਨੇ ਕੁ ਲੋਕ ਇੱਦਾਂ ਦੇ ਚਾਂਚੇ ਆਏ ਆ? ਸਾਡੇ ਵੇਂਦੇ ਵੇਂਦੇ ਜੀ 4 ਤੋਂ 5 ਜਣੇ, ਅਸੀਂ ਜਿਵੇਂ ਕਮੈਂਟ ਵਗੈਰਾ ਕਰਨੇ ਚਾਲੂ ਕੀਤਾ ਇਹਨਾਂ ਦੇ ਪੇਜਾਂ 'ਤੇ, ਅਤੇ 4 ਤੋਂ 5 ਜਣੇ ਸਾਡੇ ਨਾਲ ਹੋਰ ਜੁੜ ਗਏ ਸੀ, ਜਿਨ੍ਹਾਂ ਦੇ ਐਵੇਂ ਕਿਸੇ ਦੇ 17 ਲੱਖ ਸੀ, ਕਿਸੇ ਦੇ 18 ਲੱਖ ਰੁਪਏ ਇਹਨਾਂ ਨੇ ਲਏ ਹੋਏ ਸੀ। ਹੁਣ ਤੁਹਾਡੀ ਮੰਗ ਕੀ ਆ? ਸਾਡੀ ਮੰਗ ਇਹ ਜੀ ਸਾਡੇ ਹੱਕ ਦਾ ਪੈਸਾ ਸਾਨੂੰ ਦੇ ਦੇਣ ਅਤੇ ਅਸੀਂ ਆਪਦੇ ਘਰੇ ਚਲੇ ਜਾਈਏ। ਅਤੇ ਪੁਲਿਸ ਨੂੰ ਕੰਪਲੇਂਟ ਕੀਤੀ ਤੁਸੀਂ? ਨਹੀਂ ਜੀ, ਪੁਲਿਸ ਨੂੰ ਹਜੇ ਕੰਪਲੇਂਟ ਨਹੀਂ ਕੀਤੀ। ਕੋਈ ਥਾਣੇ ਨੂੰ? ਨਹੀਂ ਜੀ। ਅਤੇ ਉਹਨੇ ਕਹਿਣ ਦਾ ਮਤਲਬ ਵੀ ਰਾਤ ਨੂੰ ਡੇਰੇ ਪੱਕੇ ਆ ਤੁਹਾਡੇ? ਹਾਂਜੀ, ਡੇਰੇ ਪੱਕੇ ਆ ਜੀ। ਅਸੀਂ ਜਦੋਂ ਤੱਕ ਸਾਨੂੰ ਸਾਡੇ ਹੱਕ ਦਾ ਪੈਸਾ ਨਾ ਮਿਲੇਗਾ ਅਸੀਂ ਇੱਥੇ ਬੈਠੇ ਹਾਂ ਜੀ। ਕੈਸ਼ ਦਿੱਤਾ ਜੀ, ਕੈਸ਼ ਲੈ ਕੇ ਜਾਓ। ਆਪਣੀ ਆ ਬਾਜੀ ਪੂਰਾ ਕਹਿਣਾ ਐਡਰੈਸ? OECC ਕੰਪਨੀ ਦਾ ਨਾਂ ਹੈ ਜੀ, ਭਾਈਵਾਲਾ ਚੌਕ, ਇੱਥੇ ਐਡਰੈਸ ਇਹਨਾਂ ਦਾ ਜਿੱਥੇ ਇਹਨਾਂ ਦਾ ਆਫਿਸ ਹੈਗਾ ਹੈ, ਮੇਨ ਆਫਿਸ ਇਹਨਾਂ ਦਾ ਇਹੀ ਹੈ। ਇਹਨਾਂ ਦੇ ਵੈਸੇ ਕਾਫੀ ਸਾਰੀਆਂ ਬ੍ਰਾਂਚਾਂ ਹੈਗੀਆਂ ਨੇ, ਮੋਗੇ ਵੀ ਹੈਗੇ ਹੈ, ਚੰਡੀਗੜ੍ਹ ਵੀ ਹੈਗੀ, ਐਵੇਂ ਕਈ ਬ੍ਰਾਂਚਾਂ ਹੈਗੀਆਂ। ਅੱਛਾ, ਤੁਸੀਂ ਇਹਨਾਂ ਦੇ ਚਾਹੇ ਕਿੰਨੇ ਕਨੈਕਟ ਕੀਤਾ ਜੀ? ਸਿੱਧਾ ਕੋਈ ਐਡ ਰੱਖੀ ਸੀ ਜੀ? ਸਾਨੂੰ ਕਿਸੇ ਨੇ ਰਿਲੇਸ਼ਨ 'ਚ ਸਾਨੂੰ ਦੱਸਿਆ ਸੀ ਵੀ ਇਹਨਾਂ ਕੋਲ ਚਲੇ ਜਾਓ, ਅਤੇ ਅਸੀਂ ਇਹਨਾਂ ਦੀ ਮੋਗੇ ਬ੍ਰਾਂਚ 'ਚ ਗਏ ਸੀ ਜੀ। ਅਤੇ ਜਿੱਦਣ ਇਹਨਾਂ ਨੂੰ ਇਹਨਾਂ ਨੇ ਪੈਸੇ ਲੈਣੇ ਸੀ, ਉਦੋਂ ਇਹਨਾਂ ਨੇ ਫਰਜ਼ੀ ਕੋਸ ਬਣਾ ਕੇ ਅਤੇ ਸਾਨੂੰ ਅਗਲੇ ਦਿਨ ਹੀ ਫੋਨ ਕਰਤਾ ਵੀ ਤੁਹਾਡੀ ਕੋਸ ਆ ਗਈ, ਪੈਸੇ ਲੈ ਜਾਓ। ਓਕੇ। ਅਤੇ ਅਸੀਂ ਜੀ 17-18 ਲੱਖ ਰੁਪਈਆ ਜੋ ਵੀ ਸੀ ਅਸੀਂ ਜਾ ਕੇ ਇਹਨਾਂ ਨੂੰ ਕੈਸ਼ ਦੇ ਆਏ। ਕੋਈ ਗੱਲ ਹੋਈ ਹੈ ਤੁਹਾਡੀ ਕੰਪਨੀ ਨਾਲ ਕਿਸੇ ਦੇ? ਕੰਪਨੀ ਵਾਲੇ ਜੀ ਸਾਨੂੰ ਮਿਲਦੇ ਹੀ ਨਹੀਂ ਜੀ, ਅਤੇ ਜਿਹੜੇ ਕੰਪਨੀ ਦੇ ਓਨਰ ਨੇ ਬੀਰੀ ਚਾਵਲਾ ਉਹ ਤਾਂ ਸਾਹਮਣੇ ਆਉਂਦੇ ਹੀ ਨਹੀਂ। ਲਾਸਟ ਟਾਈਮ ਜਦੋਂ ਆਪਾਂ ਇੱਕ ਵਾਰੀ ਸਾਨੂੰ ਹਜੇ ਤੱਕ 10 ਮਹੀਨਿਆਂ 'ਚ ਇੱਕ ਵਾਰੀ ਮਿਲੇ ਆ, ਉਦਣ ਇਹਨਾਂ ਨੇ ਕਿਹਾ ਸੀ ਜੇ ਤੁਹਾਡਾ ਕੰਮ ਨਹੀਂ ਹੁੰਦਾ ਤੇ ਅਸੀਂ ਤੁਹਾਡੇ ਸਾਰੇ ਪੈਸੇ ਮੋੜ ਦਿਆਂਗੇ ਜੀ। ਤੇ ਹੁਣ ਇੱਕ ਕਦ ਤੱਕ ਡੇਰਾ ਤੁਹਾਡਾ ਹੈ? ਡੇਰਾ ਤੱਕ ਹੈ ਜਦ ਤੱਕ ਆਪਣੇ ਪੈਸੇ ਸਾਡੇ ਹੱਕ ਦੇ ਸਾਨੂੰ ਦੇ ਨਹੀਂ ਦਿੰਦੇ। ਕਿੰਨੇ ਕਿਸਾਨ ਜਥੇਬੰਦੀਆਂ ਆਈਆਂ ਨੇ ਇੱਥੇ? ਇੱਥੇ ਜੀ ਹੈਗੇ ਨੇ
ਦੋ ਕਿਸਾਨ ਜਥੇਬੰਦੀਆਂ ਨੇ, ਠੀਕ ਹੈ, ਕਿਹੜੀ ਕਿਹੜੀ? ਇੱਕ ਤਾਂ ਭਾਰਤੀ ਕਿਸਾਨ ਯੂਨੀਅਨ ਹੈਗੀ ਹੈ ਜੀ, ਤੇ ਇੱਕ ਖੋਸਾ ਹੈਗੀ। ਤੇ ਮੇਨ ਸੀਨੀਅਰ ਜਿਹੜੇ ਤੁਹਾਡੇ ਆਗੂ, ਉਹਨਾਂ ਅੱਗੇ ਗੱਲਬਾਤ ਕੀਤੀ ਕੋਈ ਤੁਸੀਂ? ਹਾਂਜੀ, ਸਾਹਿਬ ਨੂੰ, ਸਾਰਿਆਂ ਨੂੰ ਸਭ ਕੁਝ ਦੱਸਿਆ ਹੋਇਆ ਜੀ। ਪਿਛਲੇ ਦੋ ਵਾਰ ਤੋਂ ਉਹ ਸਾਡੇ ਨਾਲ ਆ ਰਹੇ ਨੇ, ਉਹਨਾਂ ਨੇ ਆਪ ਨੇ ਦੇਖਿਆ ਇੱਥੇ ਆ ਕੇ ਵੀ ਇਹ ਨਾਲ ਕਿਸ ਤਰੀਕੇ ਨਾਲ ਬਿਹੇਵ ਕਰਦੇ ਆ, ਕਿਸ ਤਰੀਕੇ ਨਾਲ। ਜਿਹੜੀ ਬਿਰੀ ਚਾਵਲਾ ਓਨਰ ਦੀ ਵਾਈਫ ਹੈਗੀ ਹੈ, ਉਹ ਮਿਲਦੀ ਨਹੀਂ, ਉਹ ਸਿੱਧੇ ਮੂੰਹ ਗੱਲ ਹੀ ਨਹੀਂ ਕਰਦੀ। ਉਹ ਤਾਂ ਇਹ ਕਹਿੰਦੀ ਕਿ ਇਹਨਾਂ ਨੂੰ ਦਫਾ ਕਰੋ, ਭਜਾਓ ਇੱਥੋਂ, ਬਾਉਂਸਰਾਂ ਨੂੰ ਕਹਿੰਦੀ। ਕੋਈ ਤੁਹਾਡੇ ਕੋਲ ਸੀਸੀ ਕੈਮਰਾ ਫੁਟੇਜ, ਕੋਈ ਰਿਕਾਰਡਿੰਗ? ਸਾਡੇ ਕੋਲ ਜੀ ਅੱਜ ਦੀ ਵੀ ਰਿਕਾਰਡਿੰਗ ਹੈਗੀ ਹੈ, ਜਿਹੜੇ ਸਾਡੇ ਹੱਥ ਮਤਲਬ ਅੱਗੋਂ ਪਏ ਆ, ਅਤੇ ਅੱਗੇ ਵੀ ਸਾਰਾ ਅਸੀਂ ਇਹਨਾਂ ਦੀ ਵੀਡੀਓ ਬਣਾਈ ਹੋਈ ਹੈ, ਜਿਹਦੇ 'ਚ ਇਹਨਾਂ ਦੇ ਐਂਪਲੋਈ ਪੈਸੇ ਦਿੱਤਿਆਂ ਦੀ ਵੀ ਸਾਡੇ ਕੋਲ ਵੀਡੀਓ ਹੈਗੀ ਹੈ। ਵੀਡੀਓ ਮਿਲ ਜੂਗੀ ਤੁਹਾਨੂੰ? ਹਾਂਜੀ, ਸਭ ਸਾਡੇ ਕੋਲ ਪਰੂਫ ਹੈਗਾ ਜੀ। ਅਤੇ ਇੱਕ ਸਾਡੇ ਕੋਲ ਵੀਡੀਓ ਇਹ ਵੀ ਹੈਗੀ, ਜਿਹਦੇ 'ਚ ਇਹਨਾਂ ਦੇ ਐਂਪਲੋਈ ਕਹਿ ਰਹੇ ਨੇ ਵੀ ਤੁਹਾਡਾ ਬਹੁਤ ਟਾਈਮ ਹੋ ਗਿਆ, ਅਸੀਂ ਤਾਂ ਇੰਪਲੋਇਰ ਨੂੰ 50,000 ਰੁਪਈਏ ਦੇ ਕੇ ਅਤੇ ਕੋਸਾਂ ਲੈ ਲਈਆਂ ਨੇ, ਇਸ ਤਰੀਕੇ ਦੀ ਗੱਲਾਂ ਬਾਤਾਂ ਹੈਗੀਆਂ। ਸਰ, ਮੇਰੀ ਅਤੇ ਮੇਰੇ ਹਸਬੈਂਡ ਦੀ ਫਾਈਲ ਲੱਗੀ ਸੀ ਯੂਕੇ ਦੀ, ਅਤੇ ਇਹਨਾਂ ਨੇ ਸਾਨੂੰ ਝੂਠੀ ਕੌਸ ਖਾ ਕੇ ਅਤੇ 17 ਲੱਖ ਰੁਪਈਆ ਪਹਿਲਾਂ ਲੈ ਲਿਆ, ਠੀਕ ਹੈ। ਅਤੇ ਫਿਰ ਕਹਿੰਦੇ ਸੀ ਤੁਹਾਡੀ 10 ਦਿਨਾਂ ਦੇ ਵਿੱਚ ਕੌਸ ਆ ਜਾਏਗੀ, ਜਿਹੜੀ ਪ੍ਰੀ ਕੌਸ ਪਹਿਲਾਂ ਮੰਗਾ ਲਈ, ਅਤੇ ਕਹਿੰਦੇ ਜਿਹੜੀ ਓਰੀਜਨਲ ਕੌਸ ਆਵੇਗੀ ਉਹ 10 ਦਿਨਾਂ ਦੇ ਵਿੱਚ ਆ ਜਾਏਗੀ। ਅਤੇ ਇਹ ਵੀਡੀਓ ਵੀ ਐਵੇਂ ਪਾਉਂਦੇ ਨੇ ਬੀਰੀ ਚਾਵਲਾ ਸਰ ਜਿਹੜੇ ਵੀ 15 ਦਿਨਾਂ ਦੇ ਵਿੱਚ ਵੀਜ਼ਾ, ਹੈ ਨਾ, ਉਹ ਝੂਠੀਆਂ ਨੇ ਇਹਨਾਂ ਦੀਆਂ ਫਿਰ ਵੀਡੀਓਜ਼। ਅਤੇ ਫਿਰ ਅਸੀਂ ਕੀ ਕੀਤਾ ਵੀ ਚੱਲ ਅਸੀਂ ਗੇੜੇ ਉੱਥੇ ਮੋਗੇ ਮਾਰਦੇ ਰਹੇ, ਉਹ ਸਾਨੂੰ ਰੋਜ਼ ਭਗਾਈ ਲਵਾ ਕੇ ਕਹਿ ਦਿੰਦੇ ਅਸੀਂ ਅੱਜ ਆਏ ਨਹੀਂ, ਹਫ਼ਤੇ ਨੂੰ ਆਏ ਨਹੀਂ, ਮਹੀਨੇ ਨੂੰ ਆਏ ਨਹੀਂ, ਅਸੀਂ ਇਹ 10 ਮਹੀਨੇ ਇਹਨਾਂ ਨੇ ਇਵੇਂ ਸਾਡੇ ਲੰਘਾਏ ਨੇ। ਫਿਰ ਅਸੀਂ ਇਹਨਾਂ ਦੇ ਔਫਿਸ ਉੱਤੇ ਵਿਜ਼ਿਟ ਕੀਤਾ, 4 ਕਿ 5 ਵਾਰੀ ਅਸੀਂ ਗੱਡੀ ਬਣਾ ਕੇ ਆਉਂਦੇ ਰਹੇ, ਉਹ ਗੱਡੀ ਦਾ ਕਿਰਾਇਆ ਕੌਣ ਦੇਵੇਗਾ? ਇਹਨਾਂ ਦੇਣਾ। ਅਤੇ ਅਸੀਂ ਕੱਲ੍ਹ ਜੇ ਮੈਡਮ ਨੂੰ ਆਖਿਆ ਨਾ ਵੀ ਮੈਡਮ ਅਸੀਂ ਵੀ ਤੁਹਾਨੂੰ ਮਿਲਣਾ, ਕਹਿੰਦੀ ਵੀ ਮੈਂ ਤੁਹਾਨੂੰ ਆਖਿਆ ਸੀ, ਮੈਨੂੰ ਪੁੱਛ ਕੇ ਆਏ ਜੀ ਵੀ ਜਿਹੜਾ ਤੁਸੀਂ ਕਹਿੰਦੇ ਭਾਅ ਜੀ ਅਸੀਂ ਮਿਲਣਾ, ਕਹਿੰਦੀ ਵੀ ਕਿਹਨਾਂ ਦੀ ਬਿਲਡਿੰਗ ਜੀ ਹੈ? ਇਹ ਜਿਹੜੀ ਬੀਰੀ ਚਾਵਲਾ ਦੀ ਵਾਈਫ ਹੈ। ਓਕੇ। ਤੇ ਕਹਿੰਦੇ ਮੈਂ ਮੇਰੇ ਤੋਂ ਪੁੱਛ ਕੇ ਆਏ ਨੇ ਮੈਂ ਇਹਨਾਂ ਦਾ ਕਾਹਦਾ ਖਰਚਾ ਦੇਣਾ। ਕਿੰਨੇ ਦਾ ਫਰੋਟ ਹੋਇਆ ਤੁਹਾਡੇ ਦੋਨਾਂ ਨਾਲ ਮੀਆਂ ਬੀਬੀ? ਸਾਡੇ ਨਾਲ 19 ਲੱਖ ਦਾ। ਤੁਹਾਡੇ ਨਾਲ? ਦੋਨਾਂ ਦਾ ਹੀ 19 ਲੱਖ। 19 ਲੱਖ ਦਾ? ਹਾਂਜੀ। ਹੁਣ ਤੁਹਾਡੀ ਮੰਗ ਕੀ ਹੈ? ਸਾਡੀ ਪੂਰੀ ਮੰਗ ਹੈ ਕਿ ਅਸੀਂ 19 ਦਾ 19 ਹੀ ਲੈਣਾ ਹੈ। ਅੱਛਾ, ਕਹਿਣ ਦਾ ਮਤਲਬ ਬਿਸਤਰੇ ਉਸਤਰੇ ਚੁੱਲ੍ਹੇ? ਹਾਂਜੀ, ਇੱਥੇ ਹੀ ਹੈ, ਕਿਉਂਕਿ ਇਹ ਕਹਿੰਦੇ ਨੇ ਵੀ ਅਸੀਂ 17 ਲੱਖ ਦੇਵਾਂਗੇ ਵੀ ਹਜੇ ਉਹ ਵੀ ਸਾਨੂੰ ਕਈ ਵੀ ਮਤਲਬ ਇਹ ਕਹਿੰਦੇ ਨੇ ਵੀ ਚਾਂਸੇ ਜ ਲੈਂਦੇ ਨੇ। ਕਿਹੜੀ ਕੰਪਨੀ ਕਿਹੜੀ ਹੈ ਜੀ ਇਹਨਾਂ ਦੀ? OECC ਇਮੀਗ੍ਰੇਸ਼ਨ ਇਹਨਾਂ ਦੀ, ਬੀਰੀ ਚਾਵਲਾ ਇਹਦਾ ਓਨਰ MD। ਕਿੰਨੀਆਂ ਸਟੇਟਾਂ ਨੇ ਇਹਨਾਂ ਦੀ ਪੰਜਾਬ ਦੇ ਵਿੱਚ, ਪੂਰੇ ਇੰਡੀਆ ਦੇ? ਇਹਨਾਂ ਦੀਆਂ ਹੈਗੀਆਂ ਨੇ ਇੱਕ ਮੋਗੇ ਬ੍ਰਾਂਚ, ਚੰਡੀਗੜ੍ਹ, ਲੁਧਿਆਣੇ, ਅਤੇ ਦੋ ਇਹਨਾਂ ਦੀਆਂ ਬ੍ਰਾਂਚਾਂ ਨੇ। ਇੱਥੇ ਤਾਂ ਇਹ ਮਿਲਦੇ ਹੀ ਨਹੀਂ, ਦੋਨੋਂ ਮੀਆਂ ਵੀ ਮਿਲਦੇ ਹੀ ਨਹੀਂ। ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ, ਆਮ ਲੋਕ ਜਿਹੜੇ ਇਸ ਝਾਕੇ 'ਚ ਆ ਜਾਂਦੇ? ਇਹੀ ਕਹਿੰਦੇ ਵੀ ਪਹਿਲਾਂ ਆਪਣਾ ਵੈਰੀਫਾਈ, ਸਾਰੇ ਜੋ ਵੀ ਡਾਕੂਮੈਂਟਸ ਵੈਰੀਫਾਈ ਕਰਕੇ ਫਿਰ ਹੀ ਇਹਨਾਂ ਨੂੰ ਪੈਸੇ ਦਿਓ। ਹੁਣ ਇਹ ਤੇ ਪੱਕੇ ਡੇਰੇ ਆ ਜੀ ਤੁਹਾਡੇ? ਹਾਂਜੀ, ਪੱਕੇ ਹੀ ਡੇਰੇ ਆ, ਤੇ ਇਹ ਅਸੀਂ ਪੂਰਾ ਆਪਦਾ 19 ਦਾ 19 ਹੀ ਲੈ ਕੇ ਜਾਣਾ। ਕਿੰਨੇ ਵਜੇ ਦਾ ਲਾਇਆ ਹੋਇਆ ਤੁਸੀਂ ਤੇ? ਅਸੀਂ ਸਰ 1 ਵਜੇ ਦੇ ਆ ਕੇ ਬੈਠੇ ਆ। ਪਹਿਲਾਂ ਮੈਡਮ ਆਈ, ਮੈਡਮ ਨੂੰ ਮਿਲੋ ਜੀ, ਮੈਡਮ ਲੰਚ ਕਰਨ ਲੱਗ ਪਈ, ਮੈਡਮ ਦਾ 3 ਘੰਟੇ ਲੰਚ ਹੀ ਨਹੀਂ ਹੋਇਆ ਇੱਥੇ। ਫਿਰ ਅਸੀਂ 3:30 ਨੋਰਮਲ ਸਮਝੀ ਸੀ ਗੱਲ ਜਦੋਂ ਤੁਸੀਂ ਆਏ ਹੋ? ਹਾਂਜੀ, ਨੋਰਮਲ। ਫਿਰ ਸਾਨੂੰ ਨਾ 3:30 ਮਿਲੀ, 10 ਮਿੰਟ ਆਈ, ਪਹਿਲਾਂ ਆਪਦੇ ਘਰ ਵਾਲੇ ਨਾਲ ਗੱਲਾਂ ਕਰਨ ਲੱਗ ਪਈ, ਫਿਰ ਅਸੀਂ ਵੀ ਗੱਲ ਸ਼ੁਰੂ ਕੀਤੀ, ਅਤੇ ਸਾਨੂੰ ਕਹਿੰਦੀ ਜਾਓ ਧਰਨੇ ਲਾ ਲਓ, ਜੋ ਮਰਜ਼ੀ ਕਰ ਲਓ, ਮੇਰੇ ਵੱਲੋਂ ਧਰਨੇ ਲਾ ਲਓ, ਜਾਓ ਥੱਲੇ ਬਹਿ ਜਾ ਕੇ, ਇਵੇਂ ਕਹਿੰਦੀ ਸੀ। ਕਿਸਾਨ ਜਥੇਬੰਦੀਆਂ ਦਾ ਸੰਯੋਗ ਹੈ ਪੂਰਾ? ਹਾਂਜੀ ਹਾਂਜੀ। ਅੱਜ ਤੁਹਾਨੂੰ ਮਾਮਲੇ ਬਾਰੇ ਮੈਂ ਇਹਨਾਂ ਕੋਲ ਕੋਸ਼ਿਸ਼ ਕਰ ਰਿਹਾ ਕਿ ਮੈਟਰ ਹੈ, ਪੇਮੈਂਟ ਦਾ ਲੈਣ ਦੇਣ ਹੈਗਾ, ਬਾਹਰ ਬੂਹਰ ਭੇਜਣ ਦਾ ਕੋਈ ਮੈਟਰ ਹੈਗਾ, ਅਤੇ ਗੱਲ ਕਲੀਅਰ ਕਰਕੇ ਇਹਨਾਂ ਨਾਲ, ਉਹਨਾਂ ਨਾਲ ਵੀ ਗੱਲ ਕਲੀਅਰ ਕਰਕੇ ਤੁਹਾਨੂੰ ਸਾਰੀ ਕਲੀਅਰ ਕਰ ਦਿੰਦੀ। ਅੱਛਾ ਸਰ, ਕੰਪਨੀ ਕਿਹੜੀ ਹੈ, ਬੰਦੇ ਕਿੱਥੋਂ ਆਏ ਨੇ ਇਹਨਾਂ ਦਾ? ਦੇਖੋ, ਇਹ ਬੰਦੇ ਆਏ ਮੋਗੀ ਸਾਈਡ ਤੋਂ, ਫਿਰੋਜ਼ਪੁਰ ਸਾਈਡ ਤੋਂ ਪਿੰਡ ਹੈ ਇਹਨਾਂ ਦਾ, ਅਤੇ ਇਹਨਾਂ ਨੇ ਬਾਹਰ ਜਾਣ UK ਜਾਣ ਵਾਸਤੇ ਪੇਮੈਂਟ ਜਿਹੜੀ ਹੈ ਇਹਨਾਂ ਨੂੰ ਦਿੱਤੀ ਹੈ 17 ਲੱਖ ਰੁਪਈਏ, ਅਤੇ ਉਹ ਉਹਨਾਂ ਦਾ ਰਿਫਿਊਜ਼ਲ ਆਇਆ, ਕਹਿੰਦੇ ਰਿਫਿਊਜ਼ਲ ਸਾਡੇ ਕੋਲ ਆ ਗਿਆ ਹੈ, ਕੱਲ੍ਹ ਪਰਸੋਂ ਆਇਆ, ਅਤੇ ਹੁਣ ਪੇਮੈਂਟ ਜਿਹੜੀ ਅਸੀਂ ਇਹਨਾਂ ਨੂੰ ਵਾਪਸ ਕਰ ਲੈਣੀ ਹੈ, ਕਿਉਂਕਿ ਪੇਮੈਂਟ ਸਾਨੂੰ ਟਾਈਮ ਲੱਗਣਾ। ਸਰ, ਕਿਹੜੇ ਥਾਣੇ ਦੀ ਤੁਸੀਂ ਆਏ ਹੋ? ਤੁਹਾਨੂੰ ਪਤਾ 5 ਨੰਬਰ ਥਾਣਾ ਏਰੀਆ ਪੈਂਦਾ। ਸਰ, ਇਹਨਾਂ ਉੱਪਰ ਅਧਿਕਾਰੀਆਂ ਨਾਲ ਗੱਲ ਹੋਈ ਹੈ ਜਿਹੜੇ ਕੰਪਨੀ ਦੇ ਮਾਲਕ ਨੇ? ਉਹਨਾਂ ਨਾਲ ਮੇਰੀ ਅੱਜ ਤੱਕ ਇਹਨਾਂ ਨਾਲ ਗੱਲ ਹੋਈ ਹੈ, ਇਹਨਾਂ ਦੇ ਜਿਹੜੇ ਵਰਕਰ ਇੱਥੇ ਉਹਨਾਂ ਨਾਲ ਗੱਲ ਹੋਈ ਹੈ, ਜਿਹੜੇ ਇਹਨਾਂ ਦੇ ਹੈੱਡ ਆ ਉਹਨਾਂ ਨੇ ਮੇਰੀ ਹੁਣ ਫੋਨ 'ਤੇ ਮੈਂ ਅੱਜ ਤੱਕ ਗੱਲ ਕਰਨੀ ਹੈ, ਜਿਹੜੀ ਇਹਨਾਂ
ਇਹਨਾਂ ਦੀ ਇਹਨਾਂ ਨਾਲ ਵੀ ਗੱਲਬਾਤ ਹੋ ਗਈ ਹੈ। ਅਜੇ ਤੱਕ ਇਹਨਾਂ ਨਾਲ ਜੋ ਵੀ ਉਹਨੇ ਐਗਰੀਮੈਂਟ ਕੀਤਾ ਵੀ ਆ ਇੰਨੀ ਤਰੀਕ ਨੂੰ ਪੇਮੈਂਟ ਜੋ ਵੀ ਦੇਣੀ ਹੈ, ਇਹਨਾਂ ਨਾਲ ਗੱਲ ਹੋ ਚੁੱਕੀ ਹੈ। ਅੱਛਾ, ਇਹਨਾਂ ਨੂੰ ਇਨਸਾਫ਼ ਮਿਲੂਗਾ ਪੂਰਾ ਜੀ? ਬਿਲਕੁਲ ਬਿਲਕੁਲ ਜੀ, ਇਨਸਾਫ਼ ਨਾ ਮਿਲੇ।